ਕਬੂਤਰ ਦੇਖੋ ਤੁਸੀਂ ਠੀਕ ਹੈ ਜੀ ਠੀਕ ਹੋ ਗਿਆ ਤੇ ਐ ਦੇ ਪਰ ਵੀ ਦੇਖ ਲਓ ਤੁਸੀਂ ਜਰਾ ਗੌਰ ਨਾਲ ਸਾਰੇ ਜਿੰਨੇ ਵੀ ਦੋਸਤ ਅਹਿਬਾਬ ਠੀਕ ਹੋ ਗਏ ਐ ਦੀ ਇਧਰਲੇ ਵੀ ਦੇਖ ਲਓ ਪਰ ਠੀਕ ਹੈ ਜੀ ਠੀਕ ਹੋ ਗਏ ਤੇ ਐ ਦੇ ਪੰਜੇ ਵੀ ਦੇਖ ਲਓ ਐ ਦੀ ਟੇਲ ਦੁਮ ਵੀ ਦੇਖ ਲਓ ਜੀ ਠੀਕ ਹੋ ਗਿਆ ਠੀਕ ਹੈ ਜੀ ਇਹ ਸਾਰਾ ਕੁਝ ਵੇਖ ਲਓ ਅੱਛੇ ਤਰੀਕੇ ਨਾਲ ਜੀ ਸ਼ੋਰ ਕਮਾਂਡਰ ਵੀ ਆ ਹੁਣ ਅਸੀਂ ਦੱਸੋ ਅਸੀਂ ਕਿੱਥੇ ਜਾਈਏ ਕਿਹੜਾ ਇਹ ਪੰਗਾ ਪਿਆ ਹੋਇਆ ਜੇ ਇਸ ਤਰ੍ਹਾਂ ਜੀ ਆਹ ਨੀ ਪਾਣਾ ਤੇ ਉਹ ਨੀ ਪਾਣਾ ਤੇ ਹੁਣ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਸਾਰੇ ਦੋਸਤਾਂ ਨੂੰ ਸਾਰੇ ਦੋਸਤ ਜਿਹੜੇ ਸੁਣ ਰਹੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਉਹਨਾਂ ਨੂੰ ਕਿ ਜੇ ਹਾਕੀ ਦਾ ਪਲੇਅਰ ਉਹ ਕਵੇ ਕਿ ਮੈਂ ਤੁਹਾਡੇ ਅਸੂਲਾਂ ਨਾਲ ਖੇਡਾਂਗਾ ਕ੍ਰਿਕਟ ਦਾ ਮੈਚ ਅਸੂਲ ਤੁਹਾਡੇ ਕਾਨੂੰਨ ਤੁਹਾਡੇ ਤੇ ਫਿਰ ਤੁਸੀਂ ਉਹਨੂੰ ਕਹੋ ਨਹੀਂ ਤੂੰ ਤੇ ਹਾਕੀ ਦਾ ਪਲੇਅਰ ਇਹ ਕਿਹੜਾ ਤਰੀਕਾਕਾਰ ਕਿਹੜੀ ਕਬੂਤਰਬਾਜ਼ੀ ਹੈ ਠੀਕ ਹੋ ਗਿਆ ਦੇਖੋ ਮੇਰੇ ਸਾਰੇ ਦੋਸਤ ਆ ਕਬੂਤਰ ਜਿਹੜਾ ਦੋ ਦੜੇ ਜਿੱਤਿਆ ਹੋਇਆ ਜੀ ਛੱਤਰੀ ਹੈਲੋ ਇਹ ਬਲਾਲ ਬਾਈ ਪਾਸ ਤਾਂ ਬੱਚਾ ਹੈ ਜੀ ਨਾਲ ਵੱਡਿਆਂ ਵਿੱਚ ਵੀ ਸ਼ਾਮ ਬੋਲੇ ਅਤੇ ਬੱਚਿਆਂ ਦੇ ਕਾਪੀ ਵੀ ਸ਼ਾਮ ਬੋਲੇ ਜੀ ਆਉਣ ਬੈਠਾ ਜੀ ਕਿੰਨੇ ਵਜੇ ਬੈਠਾ ਜੀ 7:39 'ਤੇ ਬੈਠਾ ਜੀ ਇਹ ਸੁਹਾਗ ਬਾਈ ਖਲਦੇ ਦਿਨ ਜੀ ਇਹ ਬਲਾਲ ਬਾਈ ਪਾਸ ਹੈ ਇਹ ਕਮੇਟੀ ਵਾਲੇ ਬੰਦੇ ਨੇ ਜੀ ਠੀਕ ਹੈ ਜੀ ਕਲੀਅਰ ਹੈ ਜੀ ਠੀਕ ਹੈ ਸੱਤਵਾਂ ਕਬੂਤਰ ਬੈਠੇ ਇਹ ਅੱਠਵੀਂ ਮਾਦੀ ਬੈਠੀ ਹੈ ਇਹ ਆਉਣ ਬੈਠੀ ਹੈ ਥੋੜ੍ਹੀ ਦੋ ਨਾਲ ਬੈਠੀ ਹੈ 6:26 ਦੇ ਠੀਕ ਹੋ ਗਏ ਬਾਈ ਠੀਕ ਹੈ ਨੇ ਸਾਰੇ ਪੂਰੇ ਹੋ ਗਏ ਨੇ ਸਾਰੇ ਪੂਰੇ ਠੀਕ ਹੈ ਬਕਾਏ ਹੋਰ ਉੱਤੇ ਬੈਠੇ ਰਹੇ ਨੇ ਸੋਭਾ ਦੇ ਚੈਂਪੀਅਨ ਬੱਚਾ 2022 ਇਹ ਆ ਗਿਆ ਜੀ ਖਾਨ ਜੁਮਾਬਾਦ ਦਾ ਜੀ ਚੈਂਪੀਅਨ ਬੱਚਾ ਜੀ 2022 ਬੇਬੀ ਕੱਪ ਦਾ ਚੈਂਪੀਅਨ ਬੱਚਾ ਜੀ ਮਾਸ਼ਾਅੱਲਾ ਕੀ ਟਾਈਮ ਹੋਇਆ ਜੀ ਟਾਈਮ ਹੋ ਗਿਆ ਜੀ 4:21 ਜੀ ਮਾਸ਼ਾਅੱਲਾ ਅਸਲਾਮ ਵਾਲੇਕਮ ਦਰਵੇਸ਼ ਦੋਸਤੋ ਇਹ ਦਰਵੇਸ਼ ਕੱਪ ਜਿਹੜਾ ਜੁੜਦਾ ਦਰਵੇਸ਼ ਕੱਪ ਉਸ ਦੇ ਵਿੱਚ ਸੁਹੇਲ ਭਾਈ ਨੇ ਆਪਣਾ ਕੋਈ ਬੰਦਾ ਛੋੜਿਆ ਤਾ ਜੀ ਕਮੇਟੀ ਦਾ ਬੰਦਾ ਡਰੋਨ ਕੈਮਰਾ ਲੱਗਿਆ ਉੱਥੇ ਦੇਖ ਕੇ ਪੈਰਾਸ਼ੂਟ ਦੇ ਥਰੂ ਰਿਕਾਰਡਿੰਗ ਵੀ ਹੁੰਦੀ ਹੈ ਜੀ ਲੋਕਾਂ ਦੀ ਛਤਾਂ ਹੁੰਦੇ ਵਿਜ਼ਿਟ ਵੀ ਹੁੰਦਾ ਜੀ ਮੈਨੂੰ ਲੱਗਦਾ ਇਹ ਸਦਰ ਹਬੀਬ ਸਾਹਿਬ ਮੇਰੇ ਸਾਡੇ ਵਿਜ਼ਿਟ 'ਤੇ ਕਰਦੇ ਨੇ ਸਾਰੀਆਂ ਛਤਾਂ ਦੇ ਅਸਲਾਮ ਅਲੈਕੁਮ ਇਹ ਜੀ 6 ਕਬੂਤਰ ਇਹ ਜੀ ਦੋਸਤੋ 6 ਨੇ
Thank you.